ਅੱਜ ਬੰਸ ਵਾਲੇ ਵੀ ਯਾਰ ਰਾਮ ਬਾਗ ਐਕਸਾਈਜ਼ ਦੇ ਦੋ ਇੰਸਪੈਕਟਰ ਸੀਗੇ ਅਤੇ 10-12 ਸਾਡੇ ਐਕਸਾਈਜ਼ ਦੇ ਮੁਲਾਜ਼ਮ ਸੀਗੇ, ਨਾਲ ਥਾਣੇ ਮੁਲਾਜ਼ਮ ਸੀਗੇ 3-4, ਅਤੇ ਉੱਥੇ ਸ਼ਰਾਬ ਬੜੀ 2 ਨੰਬਰ ਦੀ ਵਿਕਦੀ ਆ, ਅਤੇ ਉੱਥੇ ਰੇਡ ਕੀਤਾ ਅਸੀਂ, ਅਸੀਂ ਜਾ ਕੇ ਰੁਕੇ ਹੀ ਹਾਂ ਅਤੇ ਸਾਡੇ 'ਤੇ ਉਹਨਾਂ ਨੇ ਮੁਹੱਲੇ ਵਾਲਿਆਂ ਨੇ ਹਮਲਾ ਕਰਤਾ, ਜਿਹੜੇ ਜਿਹੜੇ ਸ਼ਰਾਬ ਵਿੱਚ ਚਲਾਉਣੇ 10-12 ਜਣੇ ਇਕੱਠੇ ਹੋਏ ਹੋਏ ਸੀਗੇ, ਉਹਨੇ ਇੱਟਾਂ ਰੋੜੇ ਮਾਰਨੇ ਚਾਲੂ ਕਰਤੇ ਮੇਰੇ ਸਿਰ 'ਤੇ, ਇੱਟਾਂ ਵੱਜੀਆਂ ਅਤੇ 4 ਸ਼ਮੇਰੋ ਸਾਰਾ ਮੁਹੱਲਾ ਹੀ ਪੈ ਗਿਆ, ਅਤੇ ਉਹਨਾਂ ਨੇ ਨਾਲੇ ਤਾਂ ਮੁਲਾਜ਼ਮਾਂ ਦੇ ਗਲ ਪੈ ਗਏ ਨਾਲੇ ਸਾਡੇ ਗਲ ਪੈ ਗਏ। ਕਿੰਨੇ ਮੁਲਾਜ਼ਮਾਂ ਦੀ ਵਰਦੀ ਪਾੜੀ? 3-4 ਮੁਲਾਜ਼ਮ ਤਾਂ ਉਹਨਾਂ ਨੇ ਬੜੀ ਮੁਸ਼ਕਲ ਦੇ ਨਾਲ ਕਢਵਾ ਕੇ ਲੈ ਕੇ ਆਉਂਦੇ ਸੀ ਉੱਥੋਂ ਥਾਣੇ ਪੁਲਿਸ ਗਈ ਰਾਮ ਬਾਗੋਂ, ਅਤੇ ਬਾਕੀ 2 ਮੁਲਾਜ਼ਮਾਂ ਦੀ ਤਾਂ ਵਰਦੀ ਪੱਟੀ ਹੋਈ ਆ। ਸਰ ਪਹਿਲੀ ਵਾਰੀ ਰੇਡ ਕੀਤਾ ਜਾਂ ਪਹਿਲੇ ਵੀ ਕਰਦੇ ਨੇ ਰੇਡ? ਕਾਫੀ ਵਾਰੀ ਰੇਡ ਹੋਇਆ, ਕਾਫੀ ਪਰਚੇ ਉਹਨਾਂ ਦੇ, ਉੱਥੇ ਤਾਂ ਮੇਲਾ ਲੱਗਿਆ ਹੁੰਦਾ ਸ਼ਾਮ ਨੂੰ, ਉੱਥੇ ਸ਼ਰਾਬ ਇੰਨੀ ਵਿਕਣ ਡਈ ਹੁੰਦੀ ਆ, ਅਤੇ ਬਹੁਤ ਜ਼ਿਆਦਾ ਉੱਥੇ ਲੋਕਾਂ ਦਾ ਲੰਘਣਾ ਵਗੈਰਾ ਵੀ ਔਖਾ ਵਾ, ਅਤੇ ਮੁਹੱਲੇ ਵਾਲੇ ਵੀ ਸਾਨੂੰ ਤਾਂ ਦੂਜੇ ਕਹਿਣ ਡੇ ਜਿਹਨਾਂ ਦੇ ਹੋਟਲ ਹਾਟਲ ਆ ਵੀ ਬੜੀ ਇੱਥੇ ਸ਼ਰਾਬ ਵਿਕਦੇ ਕੁਛ ਕਰੋ, ਅਤੇ ਹੁਣ ਤਾਂ ਉੱਥੇ ਮੌਕੇ 'ਤੇ ਵੀ 15-20 ਪੇਟੀਆਂ ਉੱਥੇ ਖਾਲੀ, ਨਾਲੇ ਬਾਰਦਾਨਾ ਵਗੈਰਾ ਕਾਫੀ ਮਿਲਿਆ ਉੱਥੇ। ਤੁਸੀਂ ਗਏ ਹੋ ਕਿੰਨਾ ਪੁਲਿਸ ਨੂੰ ਨਹੀਂ ਪਤਾ ਸਾਹਮਣੇ ਠਾਣਾ ਹੈ ਕਿ ਪਹਿਲੇ ਉਹ ਪੁਲਿਸ ਪੈਸੇ ਲੈਂਦੀ ਫਿਰ ਉੱਥੋਂ ਰਾਮਬਾਗ ਦੀ? ਪਤਾ ਨਹੀਂ ਹੁਣ ਪੈਸੇ ਲੈਂਦੀ ਹੈ ਕੀ ਕਰਦੀ ਹੈ, ਅਤੇ ਸ਼ਰਾਬ ਉੱਥੇ ਸ਼ਰਿਆਂ ਵਿਕਣ ਡਈ ਆ। ਰਵਿੰਦਰ ਸਿੰਘ, ਹਾਂਜੀ ਕੀ ਗੱਲ ਹੋਈ? ਅਸੀਂ ਉੱਥੇ ਰੇਡ 'ਤੇ ਗਏ ਸੀਗੇ ਅਤੇ ਅੱਗਿਓਂ ਉਹਨਾਂ ਨੇ ਹਮਲਾ ਕਰਤਾ ਜੀ, ਜਿਹਦੇ ਵਿੱਚ ਸਾਡਾ ਇੱਕ ਰੇਡ ਪਾਰਟੀ ਦੇ ਇੰਚਾਰਜ ਅਤੇ 2 ਮੁਲਾਜ਼ਮਾਂ ਦੇ ਸੱਟਾਂ ਲੱਗੀਆਂ ਜੀ। ਹੁਣ ਪਰਚਾ ਕਰਾਵਾਂਗੇ ਜੀ ਉਹਨਾਂ ਨੂੰ ਕਿ ਬਹੁਤ ਵਿਕਦੀ ਹੈਗੀ ਜੀ, ਕਈ ਰੇਡਾਂ ਕਰਦੇ ਆ ਪਰ ਲੇਕਿਨ ਬੰਦੇ ਭੱਜ ਜਾਂਦੇ ਸੀ ਬਾਜ਼ਾਰ ਟਾਈਟ ਹੋਣ ਕਰਕੇ ਨਾ ਜੀ, ਅਤੇ ਇਹ ਤਾਂ ਹੁਣ ਦੇਖੋ ਜੀ ਉਹਨਾਂ ਨੂੰ ਥਾਣਾ ਬਿਲਕੁਲ ਲੱਗ ਹੀ ਹੈਗਾ ਜੀ, 500 ਕੁ ਮੀਟਰ ਹੀ ਹੋਣਾ ਮੇਰੇ ਖਿਆਲ 'ਚ, ਇਹ ਹੁਣ ਅਸੀਂ ਕੁਛ ਕਹਿ ਨਹੀਂ ਸਕਦੇ ਜੀ ਉਹਦੇ ਬਾਰੇ, ਸਾਡੇ ਵੱਲੋਂ ਤਾਂ ਆਪਾਂ ਦੂਜੇ ਤੀਜੇ ਦਿਨ ਰੇਡ ਕਰੀਦੀ ਹੈ ਜੀ ਉੱਥੇ ਐਕਸਾਈਜ਼ ਲੱਗੇ ਆ ਜੀ, ਵਣ 'ਚ ਕੋਈ ਜਨਾਬ ਕੋਈ ਨਹੀਂ, ਅਸੀਂ ਜਾ ਕੇ ਉੱਥੇ ਖਲੋਤੇ ਹਾਂ ਜੀ, ਜਾ ਖਲੋਤੇ ਹਾਂ ਅਤੇ ਪਾਲ ਸਿੰਘ ਦੇ ਪੈ ਗਏ ਆ, ਇਹਨੂੰ 10-15 ਜਣਿਆਂ ਨੇ ਥੱਲੇ ਦੱਬ ਲਿਆ ਡੰਡਿਆਂ ਨਾਲ, ਜੇ ਕਿਤੇ ਵੱਟਾਂ ਮਾਰਿਆ ਕਿ ਡੰਡਿਆਂ ਨਾਲ ਦੇਹ ਤੇਜ਼ ਕੁੱਟਣ ਡਿਆ ਪਿਆ, ਮੈਂ ਮਾੜਾ ਗਾਹ ਕਸਟਾਉਣ ਲੱਗਾ, ਮੈਨੂੰ ਇੱਥੋਂ ਗਰਮੀਆਂ ਫੜ ਕੇ ਨਾਲ ਮੇਰੇ ਬਟਨ 2 ਤੋੜ ਦਿਆ ਅਤੇ ਮੈਨੂੰ ਫੜ ਕੇ ਉੱਥੇ ਘਰੀਸਿਆ, ਹੋਰ ਜਿੰਨੇ ਬੰਦੇ ਸੀ ਉੱਥੇ ਘਰੋ ਘਰ 50-60 ਬੰਦੇ ਉਹਨਾਂ ਦੇ ਆ ਗਏ ਜੀ, ਪਤਾ ਨਹੀਂ ਕਿੱਥੋਂ ਆ ਗਏ ਟੁੱਟ ਕੇ ਇੰਨੇ ਬੰਦੇ, ਇਹਨੂੰ ਫੜ ਕੇ ਥੱਲੇ ਦੱਬ ਲਿਆ, ਇਹਦੇ ਮਹਾਂ ਨਿਕਲਿਆ, ਇਹਦੇ ਮਹਾਂ ਚੁੱਕ ਕੇ ਲਿਆਉਂਦਾ ਜੀ।